ਦੇਖੋ ਕੋਈ ਗਿਣਤੀ ਨਹੀਂ ਹੈਗੀ, ਬਹੁਤ ਸਾਰੇ ਕੰਮ ਨੇ ਜਿਹੜੇ ਮੋਹਾਲੀ 'ਚ ਹੋ ਰਹੇ ਨੇ। ਹਰ ਇੱਕ ਬੰਦਾ ਮੁੱਖ ਮੰਤਰੀ ਸਾਹਿਬਾਨ ਤੋਂ ਲੈ ਕੇ ਕੈਬਨਿਟ ਮਿਨਿਸਟਰ, MLA, ਪਾਰਟੀ ਦਾ ਇੱਕ ਇੱਕ ਵਰਕਰ ਆ ਜਿਹੜਾ ਉਹ ਆਮ ਲੋਕਾਂ ਦੇ ਵਿੱਚ ਜਾ ਰਿਹਾ, ਲੋਕਾਂ ਦੇ ਦੁੱਖ ਤਕਲੀਫਾਂ ਸੁਣ ਰਿਹਾ ਅਤੇ ਦੂਰ ਕਰ ਰਿਹਾ। ਜਿੱਥੇ ਲੋਕਾਂ ਦੇ ਨਿੱਜੀ ਕੰਮ ਹੋਣ ਵਾਲੇ ਨੇ ਉਹ ਨਿੱਜੀ ਕੰਮ ਵੀ ਜਿਹੜੇ ਉਹ ਕਰਾਏ ਜਾ ਰਹੇ ਨੇ। ਮੈਂ ਸਮਝਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਨਾਲ ਕੀਤੇ ਵਾਅਦਿਆਂ ਦੇ ਉੱਤੇ ਅਤੇ ਦਾਅਵਿਆਂ ਦੇ ਨਾਲ ਜਿਹੜੇ ਕੀਤੇ ਦਾਅਵੇ ਕੀਤੇ ਸੀ ਉਹਨਾਂ 'ਤੇ ਪੂਰਾ ਉਤਰ ਦੀ ਕੋਸ਼ਿਸ਼ ਕਰ ਰਹੀ ਹੈ ਔਰ ਲੋਕ ਪੰਜਾਬ ਦੇ ਖੁਸ਼ ਨੇ। ਸੋ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਪੰਜਾਬ ਦੀ ਨੁਹਾਰ ਬਦਲੀ ਜਾ ਰਹੀ ਹੈ ਅਤੇ ਅਸੀਂ ਮੋਹਾਲੀ ਦੇ ਵਿੱਚ ਮੌਜੂਦ ਹਾਂ ਜਿੱਥੇ ਮੋਹਾਲੀ ਦੇ ਵਿੱਚ ਵੀ ਵਿਕਾਸ ਕਾਰਜ ਨੇ ਜਿਹੜੇ ਆਰੰਭ ਦਿੱਤੇ ਗਏ ਨੇ ਅਤੇ ਮੋਹਾਲੀ ਦੇ ਪਿੰਡਾਂ ਦੀ ਵੀ ਹੁਣ ਨੁਹਾਰ ਬਦਲੀ ਜਾ ਰਹੀ ਹੈ। ਬੱਲੋ ਮਾਜਰਾ ਦੇ ਵਿੱਚ ਸੜਕ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ, ਨਵੀਂ ਸੜਕ ਬਣ ਰਹੀ ਆਮ ਆਦਮੀ ਪਾਰਟੀ ਤੋਂ MLA ਸਾਹਿਬ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ ਵੀ ਕਿੰਨੀ ਕੁ ਲਾਗਤ ਆਊਗੀ ਸੜਕ 'ਤੇ ਅਤੇ ਹੋਰ ਕਿਹੜੇ ਕਿਹੜੇ ਕੰਮ ਨੇ ਜਿਹੜੇ ਮੋਹਾਲੀ 'ਚ ਕੀਤੇ ਜਾ ਰਹੇ ਨੇ। ਹਾਂਜੀ ਸਰ, ਕਿਹੜੇ ਕਿਹੜੇ ਕੰਮ ਨੇ ਜਿਹੜੇ ਮੋਹਾਲੀ 'ਚ ਸ਼ੁਰੂ ਕੀਤੇ ਗਏ? ਦੇਖੋ ਕੋਈ ਗਿਣਤੀ ਨਹੀਂ ਹੈਗੀ, ਬਹੁਤ ਸਾਰੇ ਕੰਮ ਨੇ ਜਿਹੜੇ ਮੋਹਾਲੀ 'ਚ ਹੋ ਰਹੇ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਆ, ਲੋਕਾਂ ਦੀ ਸਰਕਾਰ ਆ, ਲੋਕਾਂ ਦੀ ਆਪਣੀ ਸਰਕਾਰ ਹੈ ਔਰ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੀ ਆ। ਹਰ ਇੱਕ ਬੰਦਾ ਮੁੱਖ ਮੰਤਰੀ ਸਾਹਿਬਾਨ ਤੋਂ ਲੈ ਕੇ ਕੈਬਨਿਟ ਮਿਨਿਸਟਰ, MLA, ਪਾਰਟੀ ਦਾ ਇੱਕ ਇੱਕ ਵਰਕਰ ਆ ਜਿਹੜਾ ਉਹ ਆਮ ਲੋਕਾਂ ਦੇ ਵਿੱਚ ਜਾ ਰਿਹਾ, ਲੋਕਾਂ ਦੇ ਦੁੱਖ ਤਕਲੀਫਾਂ ਸੁਣ ਰਿਹਾ ਅਤੇ ਦੂਰ ਕਰ ਰਿਹਾ ਔਰ ਜਿੱਥੇ ਡਿਵੈਲਪਮੈਂਟ ਦੇ ਕੰਮ ਹੋਣ ਵਾਲੇ ਉੱਥੇ ਡਿਵੈਲਪਮੈਂਟ ਦੇ ਕੰਮ ਕਰਾਏ ਜਾ ਰਹੇ ਨੇ। ਜਿੱਥੇ ਲੋਕਾਂ ਦੇ ਨਿੱਜੀ ਕੰਮ ਹੋਣ ਵਾਲੇ ਨੇ ਉਹ ਨਿੱਜੀ ਕੰਮ ਵੀ ਜਿਹੜੇ ਉਹ ਕਰਾਏ ਜਾ ਰਹੇ ਨੇ ਔਰ ਮੈਂ ਸਮਝਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਨਾਲ ਕੀਤੇ ਵਾਅਦਿਆਂ ਦੇ ਉੱਤੇ ਅਤੇ ਦਾਅਵਿਆਂ ਦੇ ਨਾਲ ਜਿਹੜੇ ਕੀਤੇ ਦਾਅਵੇ ਕੀਤੇ ਸੀ ਉਹਨਾਂ 'ਤੇ ਪੂਰਾ ਉਤਰ ਦੀ ਕੋਸ਼ਿਸ਼ ਕਰ ਰਹੀ ਹੈ ਔਰ ਲੋਕ ਪੰਜਾਬ ਦੇ ਖੁਸ਼ ਨੇ ਵੀ ਜਿਹੜੀ ਸਾਡੀ ਸਰਕਾਰ ਬਣੀ ਆ, ਜਿੱਦਾਂ ਅਸੀਂ ਸਰਕਾਰ ਬਣਾਈ ਸੀ, ਜਿਹੜੇ ਸੁਪਨੇ ਲੈ ਕੇ ਉਹ ਹੌਲੀ ਹੌਲੀ ਸਾਡੇ ਪੂਰੇ ਹੋ ਰਹੇ ਨੇ। ਹਜੇ ਹੁਣ ਇਹ ਸੋਚ ਕਾਈ ਗਈ ਸੀ ਪੰਚਾਂ ਅਤੇ ਸਰਪੰਚਾਂ ਨੂੰ ਨਾਲ ਦੀ ਨਾਲ ਵਿਕਾਸ ਵੀ ਸ਼ੁਰੂ ਹੋ ਗਏ, ਪਹਿਲਾਂ ਐਵੇਂ ਨਹੀਂ ਦੇਖਣ ਨੂੰ ਲੱਗਿਆ, ਅਤੇ ਕੀ ਲੱਗਦਾ ਵੀ ਪਿੰਡਾਂ ਦੀ ਜਿਹੜੇ ਮਾੜੇ ਮੋਟੇ ਕੰਮ ਰਹਿੰਦੇ ਨੇ ਉਹ ਹੁਣ ਪੂਰੇ ਹੋ ਰਹੇ ਨੇ ਅਤੇ ਪਿੰਡ ਵੀ ਸ਼ਹਿਰਾਂ ਵਾਂਗੂ ਲੱਗਣਗੇ? ਦੇਖੋ ਹੁਣ ਪੰਚਾਇਤ ਮੈਂਬਰ ਜਿਹੜੇ ਮੈਂ ਹਰ ਜਗ੍ਹਾ ਕਹਿੰਦਾ ਵੀ ਨਵੇਂ ਬਣੇ ਨੇ, ਨਵਾਂ ਨਵਾਂ ਉਤਸ਼ਾਹ ਹੈ ਔਰ ਸਭ ਤੋਂ ਵੱਡੀ ਗੱਲ ਆ ਵੀ ਜਿਹੜੇ ਪੰਚਾਇਤ ਮੈਂਬਰ ਬਣੇ ਨੇ ਜਾਂ ਸਰਪੰਚ ਬਣੇ ਨੇ ਉਹ ਨੌਜਵਾਨ ਬਣੇ ਨੇ ਅਤੇ ਉਹਨਾਂ ਦੇ ਮਨ ਦੇ ਵਿੱਚ ਸ਼ੌਕ ਆ। ਮੈਨੂੰ ਹੁਣੇ ਹੁਣੇ ਹੀ ਸਰਪੰਚ ਸਾਹਿਬ ਦੱਸ ਰਹੇ ਸੀ ਬਈ ਅਸੀਂ ਇੱਕ ਗੇਟ ਬਣਾਇਆ, ਆਪਣੇ ਸਾਰਿਆਂ ਨੇ ਇਕੱਠੇ ਕਰਕੇ ਪੈਸੇ ਗੇਟ ਬਣਾ ਲਿਆ ਅਤੇ ਸਿਰਫ ਉਹਦਾ ਮਤਲਬ ਸਟਰਕਚਰ ਖੜ੍ਹਾ ਹੋ ਗਿਆ, ਗੇਟ ਲੱਗਣ ਵਾਲਾ ਰਹਿੰਦਾ। ਇਹ ਗੱਲ ਮੈਂ ਸਮਝਦਾ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਉਦਾਹਰਨ ਆ ਬਈ ਜਿਹੜੇ ਨੌਜਵਾਨ ਨੇ ਜਦੋਂ ਅੱਗੇ ਆਉਂਦੇ ਨੇ ਤਾਂ ਉਹ ਬੜੇ ਉਤਸ਼ਾਹ ਨਾਲ ਕੰਮ ਕਰਦੇ ਨੇ, ਪੈਸੇ ਦੀ ਵੀ ਘਾਟ ਨਹੀਂ ਆਉਣ ਦਿੰਦੇ। ਹੁਣ ਦੇਖੋ ਇਹਨਾਂ ਨੇ ਆਪੇ ਪੈਸੇ ਇਕੱਠੇ ਕਰਕੇ ਆਪਣਾ ਕੰਮ ਕਰ ਲਿਆ, ਸੋ ਇਸ ਕਰਕੇ ਮੈਨੂੰ ਲੱਗਦਾ ਬਈ ਜਿਹੜਾ ਵਾਗਡੋਰ ਹੈ ਨੌਜਵਾਨਾਂ ਦੇ ਹੱਥਾਂ ਵਿੱਚ ਹੈ ਪੰਜਾਬ ਦੀ ਔਰ ਇਹ ਜਿਹੜਾ ਪੰਜਾਬ ਆ ਹੁਣ ਤਰੱਕੀ ਕਰਨ 'ਤੇ ਪੰਜਾਬ ਨੂੰ ਕੋਈ ਰੋਕ ਨਹੀਂ ਸਕਦਾ। ਠੀਕ ਹੈ ਜੀ, ਸੋ MLA ਸਾਹਿਬ ਨੇ ਕਿਹਾ ਕਿ ਪੰਜਾਬ ਦੀ ਜਿਹੜੀ ਵਾਗਡੋਰ ਆ ਨੌਜਵਾਨਾਂ ਦੇ ਹੱਥ ਆ ਅਤੇ ਪੰਜਾਬ ਨੂੰ ਤਰੱਕੀ ਕਰਨ ਤੋਂ ਕੋਈ ਰੋਕ ਨਹੀਂ ਸਕਦਾ ਅਤੇ ਇਸੇ ਤਹਿਤ ਬੱਲੋ ਮਾਜਰਾ ਜਿਹੜਾ ਮੋਹਾਲੀ ਦੇ ਅਧੀਨ ਪਿੰਡ ਆਉਂਦਾ ਆ ਉੱਥੇ 28 ਲੱਖ ਦੀ ਕਰੀਬ ਦੇ ਨਾਲ ਨਵੀਂ ਸੜਕ ਆ ਜਿਹੜੀ ਬਣਾਈ ਜਾ ਰਹੀ ਹੈ, ਜਿਸ ਦਾ ਉਦਘਾਟਨ ਆ ਜਿਹੜਾ MLA ਸਾਹਿਬ ਵੱਲੋਂ ਕੀਤਾ ਗਿਆ। ਸੋ ਤਸਵੀਰਾਂ ਤੁਹਾਨੂੰ ਉਸ ਸੜਕ ਦੀਆਂ ਵੀ ਦਿਖਾ ਦਿੰਦੇ ਹਾਂ। ਬੱਲੋ ਮਾਜਰਾ ਦੇ ਪਿੰਡ ਅਸੀਂ ਮੌਜੂਦ ਹਾਂ ਜਿੱਥੇ ਨਵੀਂ ਸੜਕ ਜਿਹੜੀ ਪਿੰਡ ਦੇ ਵਿੱਚ ਬਣਾਈ ਜਾ ਰਹੀ ਆ। ਸੋ ਇਸੇ ਸੜਕ ਦਾ ਅੱਜ MLA ਸਾਹਿਬ ਵੱਲੋਂ ਉਦਘਾਟਨ ਕਰ ਦਿੱਤਾ ਗਿਆ ਅਤੇ ਬਹੁਤ ਜਲਦ ਇਹ ਸੜਕ ਬਣ ਕੇ ਤਿਆਰ ਹੋ ਜਾਵੇਗੀ। ਨਾਲ ਹੀ ਵਿਧਾਇਕ ਸਾਹਿਬ ਦਾ ਕਹਿਣਾ ਕਿ ਪੰਜਾਬ
ਨੂੰ ਵਿਕਾਸ ਦੀਆਂ ਲੀਹਾਂ 'ਤੇ ਲਿਆਂਦਾ ਜਾ ਰਿਹਾ ਅਤੇ ਜੋ ਵਾਅਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਦੇ ਨਾਲ ਕੀਤੇ ਸਨ ਉਹਨਾਂ ਵਾਅਦਿਆਂ ਨੂੰ ਬੂਰ ਪੈ ਰਿਹਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਨਾਲ ਹੀ ਦੱਸ ਦਈਏ ਕਿ ਲਗਾਤਾਰ ਮੋਹਾਲੀ ਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਉਣ ਦਾ ਬੀੜਾ ਵੀ ਆਮ ਆਦਮੀ ਪਾਰਟੀ ਦੇ ਮੋਹਾਲੀ ਤੋਂ MLA ਸਾਹਿਬ ਨੇ ਚੁੱਕਿਆ ਹੋਇਆ ਅਤੇ ਹਰ ਰੋਜ਼ ਲਗਾਤਾਰ ਪਿੰਡਾਂ ਦੇ ਵਿੱਚ ਇਹੋ ਜਿਹੇ ਉਦਘਾਟਨ ਨੇ, ਸੜਕਾਂ ਹੋਣ ਚਾਹੇ ਕੋਈ ਹੋਰ ਵਿਕਾਸ ਕਾਰਜ ਹੋਣ ਉਹਨਾਂ ਦੇ ਕੀਤੇ ਜਾ ਰਹੇ ਨੇ ਅਤੇ ਬਹੁਤ ਜਲਦ ਮੋਹਾਲੀ ਸ਼ਹਿਰ ਆ ਜਿਹੜਾ ਪੰਜਾਬ ਦਾ ਇੱਕ ਨੰਬਰ ਸ਼ਹਿਰ ਬਣ ਕੇ ਉੱਭਰੇਗਾ। ਤੋ ਕੈਮਰਾ ਪਰਸਨ ਹਰਵਿੰਦਰ ਬਲ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ।